ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਜਿਹਾ ਮੌਸਮ ਠੀਕ ਹੋਇਆ ਅਤੇ ਅਸੀਂ ਬਾਹਰ ਨਿਕਲੇ ਹਾਂ। ਆਓ ਤੁਹਾਨੂੰ ਇੱਥੋਂ ਦੀ ਸਥਿਤੀ ਬਾਰੇ ਜਾਣਕਾਰੀ ਦੇਈਏ। ਜਿਸ ਏਰੀਏ ਵਿੱਚ ਅਸੀਂ ਰਹਿੰਦੇ ਹਾਂ ਉਸ ਏਰੀਏ ਦੇ ਬਾਹਰ ਇੱਕ ਛੋਟੀ ਜਿਹੀ ਪਾਰਕ ਹੈ ਜੋ ਬਰਫ਼ ਦੇ ਨਾਲ ਢੱਕੀ ਹੋਈ ਹੈ ਅਤੇ ਉਸ ਵਿੱਚ ਬਹੁਤ ਹੀ ਸੋਹਣੇ ਬੂਟੇ ਹਨ ਅਤੇ ਬੜੇ ਹੀ ਸਾਨੂੰ ਸ਼ੁਕਤ ਦੇ ਰਹੇ ਹਨ। ਇੱਥੋਂ ਦੀਆਂ ਆਵਾਜਾਈ ਦੀਆਂ ਸੜਕਾਂ ਬਹੁਤ ਹੀ ਸ਼ਾਨਦਾਰ ਹਨ। ਆਉਣ ਵਾਸਤੇ ਅਤੇ ਜਾਣ ਵਾਸਤੇ ਡਬਲ ਰਸਤੇ ਹਨ। ਸੈਰ ਕਰਨ ਵਾਸਤੇ ਬਹੁਤ ਛੋਟੀ ਜਿਹੀ ਵਧੀਆ ਸ਼ਾਨਦਾਰ ਸੜਕ ਬਣਾਈ ਹੋਈ ਹੈ। ਇੱਥੇ ਲੋਕ ਸੈਰ ਕਰਦੇ ਹਨ ਅਤੇ ਬੜਾ ਹੀ ਵਧੀਆ ਪ੍ਰਬੰਧ ਹੈ। ਸਾਹਮਣੇ ਤੁਸੀਂ ਇੱਕ ਛੋਟੀ ਜਿਹੀ ਝੀਲ ਦੇਖ ਰਹੇ ਹੋ ਜੋ ਬਰਫ਼ ਨਾਲ ਢੱਕੀ ਹੋਈ ਹੈ। ਬਹੁਤ ਹੀ ਅਦਭੁਤ ਨਜ਼ਾਰਾ। ਹੁਣ ਤੁਹਾਨੂੰ ਅਸੀਂ ਇੱਥੋਂ ਦੀਆਂ ਗੱਡੀਆਂ ਬਾਰੇ ਜਾਣਕਾਰੀ ਦਿੰਦੇ ਹਾਂ। ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਗੱਡੀ ਬਹੁਤ ਹੀ ਵਧੀਆ ਸੜਕਾਂ ਅਤੇ ਘੁੰਮਣ ਫਿਰਨ ਦਾ ਬਹੁਤ ਹੀ ਨਜ਼ਾਰਾ ਆਉਂਦਾ ਹੈ। ਬਹੁਤ ਹੀ ਸ਼ਾਂਤ ਵਾਤਾਵਰਨ। ਜੇ ਕਿਤੇ ਮੌਕਾ ਮਿਲੇ ਤਾਂ ਜ਼ਰੂਰ ਘੁੰਮਣ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।